ਕੈਟ ਲੈ ਕੇ ਆ ਰਹੇ ਹੋ ਇਹਦਾ ਜਿਹੜਾ ਟੌਪਿਕ ਹੈਗਾ ਹੈ ਇਹ ਪੰਜਾਬ ਦੇ ਵਿੱਚ ਡਰੱਗ ਕਲਚਰ ਤੇ ਉਹਦੀ ਫੈਮਿਲੀ ਦੇ ਫੈਮਿਲੀ ਨੂੰ ਡਿਫਾਈਨ ਕਰਦਾ ਕਿ ਉਹ ਕਿਸ ਤਰ੍ਹਾਂ ਉਹਦੇ ਵਿੱਚੋਂ ਨਿਕਲੀ ਆ ਤੇ ਕਿਵੇਂ ਇਹ ਆਈਡੀਆ ਆਇਆ ਕਿ ਇਸੇ ਦੇ ਬਣਾਉਣੇ ਵਿੱਚ ਨਹੀਂ ਦੇਖੋ ਪੰਜਾਬ ਪਾਰਟੀਸ਼ਨ ਤੋਂ ਬਾਅਦ ਦੋ ਦੌਰ ਤੇ ਉਹਦੇ ਕਾਫੀ ਖਤਰਨਾਕ ਰਹੇ ਨੇ ਜਿਹਦੇ ਵਿੱਚ ਦੋਨੋਂ ਚੀਜ਼ਾਂ ਭਾਵੇਂ ਇੰਸਰਜੈਂਸੀ ਦਾ ਟਾਈਮ ਥੋੜ੍ਹਾ ਲਾਊਡ ਡਰੱਗ ਦਾ ਟਾਈਮ ਉੱਚਾ ਬੋਲੋ ਅਤੇ ਉਹ ਰਹੇ ਨੇ ਟਾਈਮ ਅਤੇ ਉਹਨਾਂ 'ਚ ਮੇਰਾ ਸ਼ੁਰੂ ਤੋਂ ਸੀ ਕਿ ਕੁਛ ਨਾ ਕੁਛ ਕਹਾਣੀ ਤਾਂ ਕਹਿਣੀ ਚਾਹੀਦੀ ਹੈ ਬੀਂਗ ਸਿੱਖ ਸਰਦਾਰ ਮੈਂ ਵੀ ਹਾਂ ਅਤੇ ਉਸ ਹਿਸਾਬ ਨਾਲ ਫਿਰ ਜਦੋਂ ਮੈਂ ਇੱਕ ਦੋ ਬੰਦਿਆਂ ਨੂੰ ਮਿਲਿਆ ਸੀ ਅਤੇ ਮੈਨੂੰ ਬੜਾ ਇੰਟਰੀਗਿੰਗ ਲੱਗਿਆ ਸੀ ਕਿ ਉਹ ਕਿਸ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਚੱਲੀ ਨਹੀਂ ਉਸ ਵਕਤ ਅਤੇ ਬਾਕੀ ਤਾਂ ਪੂਰੀ ਫਿਕਸ਼ਨ ਹੈ ਆਪਾਂ ਰੀਅਲ ਇਵੈਂਟਸ ਤੋਂ ਲੈ ਕੇ ਥੋੜ੍ਹੀ ਚੀਜ਼ਾਂ ਕਰਕੇ ਆਪਾਂ ਪੂਰੀ ਫਿਕਸ਼ਨ ਕ੍ਰੀਏਟ ਕੀਤੀ ਹੈ ਦੋ ਭਰਾਵਾਂ ਦੀ ਕਹਾਣੀ ਹਾਲੀਵੁੱਡ ਦੇ ਵਿੱਚ ਪੰਜਾਬੀ ਬਹੁਤ ਅੱਛੇ ਅੱਛੇ ਫੇਸਿਸ ਹੈਗੇ ਨੇ ਸਰਦਾਰ ਬੰਦੇ ਵੀ ਨੇ ਰਣਦੀਪ ਹੁੱਡਾ ਨੂੰ ਇਹ ਕਿਉਂ ਸੋਚਿਆ ਕਿ ਸਰਦਾਰ ਬਣਾਉਂਗੇ ਤੇ ਪੰਜਾਬੀ ਵੱਲੋਂ ਤੇ ਇਹ ਵੀ ਤੇ ਕਿਹੜੇ ਸਰਦਾਰ ਬੰਦੇ ਦੀ ਗੱਲ ਕਰ ਰਹੇ ਹੋ ਜੋ ਬਾਲੀਵੁੱਡ ਪੰਜਾਬ ਨਹੀਂ ਨਹੀਂ ਪਰ ਕੀ ਹੁੰਦਾ ਕਿ ਤੁਹਾਨੂੰ ਇੱਕ ਜਦੋਂ ਕਿਰਦਾਰ ਸੋਚਦੇ ਹੋ ਤੇ ਤੁਹਾਨੂੰ ਲੱਗਦਾ ਕਿ ਯਾਰ ਇਹ ਕਿਰਦਾਰ ਇਹ ਬੰਦਾ ਜ਼ਿਆਦਾ ਵਧੀਆ ਕਰ ਸਕਦਾ ਐਜ਼ ਐਨ ਐਕਟਰ ਤੇ ਉਹ ਆਪਾਂ ਉਦੋਂ ਸੋਚਦੇ ਹਾਂ ਐਜ਼ ਐਨ ਐਕਟਰ ਨੋਟ ਐਜ਼ ਅ ਕਿ ਉਹ ਬੰਦਾ ਕਿੱਥੇ ਦਾ ਹੈ ਉਹ ਬੰਦਾ ਕਿੱਥੇ ਦਾ ਤੇ ਮੈਂ ਭਾਜੀ ਨਾਲ ਕੰਮ ਵੀ ਕੀਤੇ ਦਾ ਸੀ ਰਣਦੀਪ ਭਾਜੀ ਨਾਲ ਤੇ ਮੈਨੂੰ ਲੱਗਿਆ ਕਿ ਉਹ ਕਿਰਦਾਰ 'ਚ ਜ਼ਿਆਦਾ ਵਧੀਆ ਲੱਗਿਆ ਪਰ ਇੱਕ ਸਰਦਾਰ ਬਾਲੀਵੁੱਡ ਦਾ ਵੀ ਹੈਗਾ ਉਹ ਪੁਰਾਣੇ ਦੌਰ ਦੀਆਂ ਜਿਹੜੀਆਂ ਲੋਕੇਸ਼ਨ ਸੀਗਾ ਜੀ ਉਹ ਟਾਈਮ ਦਿਖਾਉਣ ਲਈ ਉਹ ਕਿਵੇਂ ਮੈਨੇਜ ਕੀਤਾ ਕਿੱਥੇ ਕਿੱਥੇ ਸ਼ੂਟਿੰਗ ਹੋਈ ਹੈ ਜੀ ਆਪਾਂ ਪੂਰੀ ਅੰਮ੍ਰਿਤਸਰ ਤਰਨ ਤਾਰਨ ਗੁਰਦਾਸਪੁਰ ਇੱਥੇ ਸ਼ੂਟ ਕੀਤੀ ਹੈ ਕਿਉਂਕਿ ਉਹ ਮੈਨੂੰ ਲੱਗਦਾ ਕਿ ਬਿਕੋਜ਼ ਉਹ ਇੱਕ ਹਿਸਟੋਰੀਕਲ ਸਿਟੀਜ਼ ਨੇ ਅਤੇ ਉਹਨਾਂ 'ਚ ਉਹ ਤੁਹਾਨੂੰ ਸਟਰਕਚਰ ਉਹ ਚੀਜ਼ਾਂ ਤੁਹਾਨੂੰ ਜ਼ਿਆਦਾ ਚੰਗੇ ਤਰੀਕੇ ਨਾਲ ਮਿਲ ਸਕਦੀਆਂ ਅਤੇ ਵੈਸੇ ਵੀ ਜਿਹੜੇ ਬਾਰਡਰ ਸਾਈਡ ਦੇ ਪਿੰਡ ਨੇ ਜਿਹੜਾ ਬਾਰਡਰ ਸਾਈਡ ਦੇ ਉੱਥੇ ਡਿਵੈਲਪਮੈਂਟ ਘੱਟ ਹੈ ਮੈਂ ਖੁਦ ਗੁਰਦਾਸਪੁਰ ਦਾ ਅਤੇ ਮੈਂ ਤਾਂ 25-30 ਸਾਲਾਂ ਤੋਂ ਇੱਕ ਹੀ ਜਗ੍ਹਾ ਦੇਖੀ ਤੀ ਉਹ 'ਚ ਕੋਈ ਡਿਵੈਲਪਮੈਂਟ ਅੱਜ ਤੱਕ ਹੋਈ ਨਹੀਂ ਅਤੇ ਮੈਨੂੰ ਲੱਗਦਾ ਕਿ ਉਹ ਜਿਹੜੇ ਸਟਰਕਚਰਸ ਨੇ ਹਜੇ ਵੀ ਉੱਥੇ ਮੈਂਟੇਨ ਨੇ ਅਤੇ ਅੰਮ੍ਰਿਤਸਰ ਬੀਂਗ ਅ ਹਿਸਟੋਰੀਕਲ ਸਿਟੀ ਮੈਨੂੰ ਉੱਥੇ ਲੋਕੇਸ਼ਨਸ ਉੱਥੇ ਦੇ ਪਿੰਡ ਥੋੜ੍ਹਾ ਬਾਰਡਰ ਸਾਈਡ ਦੇ ਏਰੀਆ ਉਹ ਸਾਰੀ ਚੀਜ਼ਾਂ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਅਤੇ ਪੂਰਾ ਸ਼ੂਟ ਹੀ ਆਪਾਂ ਉੱਥੇ ਕੀਤਾ ਸੁਵਿੰਦਰ ਭਾਅ ਜੀ ਤੁਹਾਨੂੰ ਥੀਏਟਰ ਥੋੜ੍ਹੀ ਹੈਲਪ ਕਰਦਾ ਜੀ ਐਕਟ ਕਰਦੇ ਹੋਏ ਯੂ ਬੀਨ ਵੈਰੀ ਨੈਚੁਰਲ ਹਾਂਜੀ ਬਿਲਕੁਲ ਸਟਾਰਟ ਥੀਏਟਰ ਤੋਂ ਕੀਤਾ ਆ ਐਂਡ ਬਾਕੀ ਠੀਕ ਹੈ ਥੀਏਟਰ ਐਂਡ ਦਿਸ ਫਿਲਮ ਮੀਡੀਆ ਜਾਂ ਆਪਾਂ ਕੈਮਰਾ ਕਹਿ ਲਈਏ ਦੋਨੋਂ ਅਲੱਗ ਅਲੱਗ ਚੀਜ਼ਾਂ ਆ ਅਤੇ ਹੈਲਪ ਜ਼ਰੂਰ ਹੈ ਕਿਉਂਕਿ ਇੱਕ ਰਿਸਪੋਂਸ ਦੀ ਗੱਲ ਹੁੰਦੀ ਜਿੱਦਾਂ ਹੁਣ ਆਪਾਂ ਆਪਸ ਗੱਲਬਾਤ ਕਰ ਰਹੇ ਹਾਂ ਅਤੇ ਇੱਦਾਂ ਹੀ ਜਿੱਦਾਂ ਅਸੀਂ ਥੀਏਟਰ ਦੇ ਵਿੱਚ ਪਰਫੋਰਮੈਂਸ ਕਰਦੇ ਹਾਂ ਅਤੇ ਸਾਨੂੰ ਰਿਸਪੋਂਸ ਜਿਹੜਾ ਹੈ ਨਾਲੋਂ ਨਾਲ ਮਿਲ ਜਾਂਦਾ ਤੁਹਾਨੂੰ ਡਾਇਰੈਕਟ ਮਿਲ ਗਿਆ ਇਹ ਰੋਲ ਭਾਅ ਜੀ ਕਹਿੰਦੇ ਸੀ ਡਾਇਰੈਕਟ ਹੀ ਦੇ ਥੋੜ੍ਹਾ ਸਕੋਪ ਹੋ ਜਾਂਦਾ ਕਿ ਯਾਰ ਥੋੜ੍ਹਾ ਡਿਸਕਸ਼ਨਸ ਹੋ ਜਾਂਦੀਆਂ ਵੀ ਜੇ ਐਜ਼ ਐਨ ਐਕਟਰ ਨਹੀਂ ਫੀਲ ਲੱਗਿਆ ਕਿ ਠੀਕ ਨਹੀਂ ਹੈ ਭਾਅ ਜੀ ਨੇ ਕਹਿ ਦਿੱਤਾ ਬੱਲੀ ਪਾ ਰਹੇ ਕੋਈ ਨਹੀਂ ਭਾਅ ਜੀ ਮੇਰੇ ਵੱਲੋਂ ਓਕੇ ਆ ਚੱਲ ਇੱਕ ਹੋਰ ਆਪਾਂ ਕਰ ਲੈਂਦੇ ਹਾਂ ਇੰਪਰੋਵਾਈਜ਼ੇਸ਼ਨ ਜਾਂ ਫਿਰ ਇਹਨਾਂ ਨੂੰ ਨਹੀਂ ਲੱਗਿਆ ਤਾਂ ਹਾਂ ਸੋ ਉਹ ਚੀਜ਼ ਜ਼ਰੂਰ ਹੈ ਬਟ ਇੱਕ ਜੋ ਕੰਫੀਡੈਂਸ ਹੈ ਜਾਂ ਕਿਉਂਕਿ ਇਹ ਵੀ ਜਿਵੇਂ ਕਹਿ ਲਓ ਕਿ ਇਟਸ ਅ ਵੈਰੀ ਕ੍ਰੀਏਟਿਵ ਜੋਬ ਰਾਈਟ ਸੋ ਕੰਫੀਡੈਂਸ ਡੈਫੀਨੇਟਲੀ ਥੀਏਟਰ ਹੈਲਪ ਕਰਦਾ ਹੈ ਹਸਲੀਨ ਯੂ ਬੀਨ ਅ ਮਾਡਲ ਸੁਪਰ ਮਾਡਲ ਤੇ ਕੈਟਵਾਕ ਤਾਂ ਸਿੱਖੀ ਹੈ ਤੇ ਐਕਟਿੰਗ ਕੈਟ 'ਚ ਵੀ ਆ ਗਏ ਤਾਂ ਕੈਟਵਾਕ ਕੈਟ ਐਂਡ ਐਕਟਿੰਗ ਸਿੱਖੀ ਜਾਂ ਫਿਰ ਇਹਨਾਂ ਤੋਂ ਡਰਦੇ ਰਹੇ ਇਹਨਾਂ ਨੂੰ ਦੇਖ ਦੇਖ ਕੇ ਸਿੱਖੀ ਪਹਿਲੇ ਵੀ ਥੋੜ੍ਹਾ ਬਹੁਤ ਮੈਂ ਐਕਟਿੰਗ ਕੀਤੀ ਹੈ ਕੁਛ ਦੋ ਤਿੰਨ ਕੋਰਸਿਸ ਵੀ ਕੀਤੇ ਸੀ ਥੋੜ੍ਹਾ ਉੱਚੀ ਹਾਂ ਦੋ ਤਿੰਨ ਕੋਰਸਿਸ ਵੀ ਕੀਤੇ ਸੀ ਬੰਬੇ 'ਚ ਅਤੇ ਐਕਟਿੰਗ ਇੱਕ ਹੋਰ ਫਿਲਮ 'ਚ ਵੀ ਕੀਤੀ ਹੈ ਇਸ ਤੋਂ ਪਹਿਲਾਂ ਪਰ ਮਤਲਬ ਇੰਨੇ ਚੰਗੇ ਐਕਟਰਸ ਨਾਲ ਕੰਮ ਕਰ ਰਹੀ ਹਾਂ ਅਤੇ ਇਹਨਾਂ ਨੂੰ ਦੇਖ ਦੇਖ ਕੇ ਥੋੜ੍ਹਾ ਜਿਹਾ ਰੋਜ਼ ਆਪਣੇ ਆਪ ਨੂੰ ਥੋੜ੍ਹਾ ਇੰਪਰੋਵਾਈਜ਼ ਕਰ ਕਰਕੇ ਕਿ ਕਿੱਦਾਂ ਜਾ ਸਕਦਾ ਹੈ ਇਹ ਲੋਕ ਕਿੱਦਾਂ ਕਰ ਰਹੇ ਨੇ ਆਪ ਵੀ ਥੋੜ੍ਹਾ ਹੋਰ ਸਟੱਡੀ ਕਰਕੇ ਕੈਰੇਕਟਰ 'ਚ ਆ ਕੇ ਰੋਜ਼ ਹੀ ਚੇਂਜ ਕਰਦੀ ਸੀ ਥੋੜ੍ਹਾ ਬਿਕੋਜ਼ ਹਰ ਇੱਕ ਦਾ ਸਕੂਲ ਆਫ ਐਕਟਿੰਗ ਥੋੜ੍ਹੀ ਅੱਡ ਹੁੰਦੀ ਹੈ ਅਤੇ ਡਾਇਰੈਕਟਰ ਦਾ ਵੀ ਹਰ ਡਾਇਰੈਕਟਰ ਦਾ ਕੰਮ ਕਰਾਉਣ ਦਾ ਤਰੀਕਾ ਅੱਡ ਹੁੰਦਾ ਅਤੇ ਇਹਨਾਂ ਦੇ ਹਿਸਾਬ ਨਾਲ ਮੈਂ ਨਿਊ ਹਾਂ ਅਤੇ ਜਿੱਦਾਂ ਮੈਂ ਫਲੈਕਸੀਬਲ ਹੋ ਸਕਦੀ ਸੀ ਮੈਂ ਕੋਸ਼ਿਸ਼ ਕੀਤੀ ਹੈ ਪੂਰਾ ਹੋਣ ਦੀ ਅਤੇ ਬਲੀ ਸਰ ਨੂੰ ਮੈਂ ਮਿਲੀ ਸੀ ਅਤੇ ਸਰ ਨੇ ਇੱਕ ਵਾਰੀ 15 ਮਿੰਟ ਗੱਲ ਕਰਨ ਤੋਂ ਬਾਅਦ ਕਿਹਾ ਸੀ ਕਿ ਮੈਂ ਤੈਨੂੰ ਸਕ੍ਰਿਪਟ ਦੇਣਾ ਉਹ ਤੂੰ ਆਪਣੇ ਹਿਸਾਬ ਨਾਲ ਪਰਫੋਰਮ ਕਰਕੇ ਦੇਈਂ ਐਂਡ ਦੋ ਸਕ੍ਰਿਪਟਾਂ ਦਿੱਤੀਆਂ ਸੀ ਦੋ ਅਲੱਗ ਅਲੱਗ ਸੀਨਸ ਹੈਗੇ ਸੀ ਉਹ ਮੈਂ ਕਿਤੇ ਫਿਰ ਸਰ ਨੂੰ ਤਾਂ ਚੰਗਾ ਲੱਗਿਆ ਸੀ ਅਤੇ ਉਹਨਾਂ ਨੇ ਕਿਹਾ ਬਟ ਫਾਈਨਲ ਕਾਲ ਨੈੱਟਫਲਿਕਸ ਦੀ ਸੀ ਉਹਨਾਂ ਨੂੰ ਮੈਂ ਠੀਕ ਲੱਗੀ ਨਹੀਂ ਲੱਗੀ ਇੱਕ ਹਫ਼ਤਾ ਵੇਟ ਕਰ ਕਰਕੇ ਨਰਵਸ ਹੋ ਜਾਏ ਹੋ ਗਿਆ ਫਿਰ ਫਾਈਨਲੀ ਸਰ ਨੇ ਕਾਲ ਕੀਤਾ ਰਣਦੀਪ ਸਰ ਹਰਿਆਣਾ ਕਿਚੋ ਹਰਿਆਣਾ ਕੁਝ ਕਹਿਣਾ ਚਾਹੋਗੇ ਬਹੁਤ ਜ਼ਰੂਰ
ਬਲਵਿੰਦਰ ਜੀ ਨੈਟਫਲਿਕਸ ਰਾਹੀਂ ਨਵੇਂ ਚਿਹਰਿਆਂ ਨੂੰ ਬੜਾ ਮੌਕਾ ਮਿਲਦਾ ਹੈ, ਲੋਕਲ ਆਰਟਿਸਟ ਬੜੇ ਆ ਜਾਂਦੇ ਨੇ, ਇਸ ਸ਼ੋਅ ਦੇ ਵਿੱਚ ਕਿੰਨੇ ਕੁ ਤੁਸੀਂ ਨਵੇਂ ਜਿਹੜੇ ਯੰਗ ਚਿਹਰੇ ਨੇ ਉਹਨਾਂ ਨੂੰ ਮੌਕਾ ਦਿੱਤਾ ਹੈ? ਪੰਜਾਬ ਜਾਂ ਚੰਡੀਗੜ੍ਹ ਤੋਂ ਕੋਈ ਆਰਟਿਸਟ ਹੋਵੇ ਜਿਹਦਾ ਅੱਛਾ ਖਾਸਾ ਰੋਲ ਹੋਵੇ? ਇੱਕ ਤਾਂ ਇੱਥੇ ਬੈਠੇ ਨੇ ਚੰਡੀਗੜ੍ਹ, ਇਹਨਾਂ ਦਾ ਤੁਸੀਂ ਦੱਸ ਤਾ। ਮੈਂ ਤੁਹਾਨੂੰ ਦੱਸਾਂ, ਮੇਰੀ 80% ਜਿਹੜੀ ਕਾਸਟਿੰਗ ਹੈ ਨਾ ਉਹ ਮੈਂ ਪੰਜਾਬ ਤੋਂ ਹੀ ਕੀਤੀ ਹੈ, ਅਤੇ ਬੰਬੇ ਤੋਂ ਬਹੁਤ ਘੱਟ ਕਾਸਟ ਕੀਤੀ ਹੈ, ਕਿਉਂਕਿ ਮੈਨੂੰ ਲੱਗਦਾ ਕਿ ਜਿੱਥੇ ਦੀ ਤੁਸੀਂ ਮਿੱਟੀ ਦੀ ਕਹਾਣੀ ਕਹਿ ਰਹੇ ਹੋ ਤੁਹਾਨੂੰ ਉੱਥੇ ਦੇ ਹੀ ਕਿਰਦਾਰ, ਉੱਥੇ ਦੇ ਹੀ ਐਕਟਰਸ ਨੂੰ ਲੈਣਾ ਚਾਹੀਦਾ। ਅਤੇ ਜਦੋਂ ਆਪਾਂ ਅੰਮ੍ਰਿਤਸਰ ਸੀ ਅਤੇ ਉੱਥੇ ਤਾਂ ਆਪਾਂ ਬਹੁਤ ਹੀ ਜ਼ਿਆਦਾ ਉੱਥੇ ਸਾਰੇ ਉੱਥੇ ਸ਼ੂਟ ਕੀਤਾ, ਅਤੇ ਭਾਵੇਂ ਬਠਿੰਡਾ ਤੋਂ ਹੋਣ, ਭਾਵੇਂ ਚੰਡੀਗੜ੍ਹ ਤੋਂ ਹੋਣ, ਭਾਵੇਂ ਪਟਿਆਲਾ ਤੋਂ ਆਉਣ, ਅੰਮ੍ਰਿਤਸਰ ਗੁਰਦਾਸਪੁਰ ਤੋਂ ਵੀ, ਪਠਾਨਕੋਟ ਤੋਂ ਵੀ, ਕਾਫੀ ਹਰ ਹਰ ਜਗ੍ਹਾ ਤੋਂ ਐਕਟਿੰਗ ਸਾਰੇ ਐਕਟਰਸ ਲਈ ਸੀ। ਪਰ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਜਦੋਂ ਤੁਸੀਂ 80-90 ਦਿਨ ਸ਼ੂਟ ਕਰਨਾ ਅਤੇ ਪੰਜਾਬ 'ਚ ਸ਼ੂਟ ਕਰਨਾ, ਤਾਂ ਤੁਸੀਂ ਇੱਥੇ ਦੇ ਜਿਹੜੇ ਐਕਟਰਸ ਨੇ ਜਿਹੜੇ ਉੱਥੇ ਆ ਨਹੀਂ ਸਕਦੇ ਬੰਬੇ, ਪਰ ਜਿਹੜੇ ਇੱਥੇ, ਹੁਣ ਤਾਂ ਪੰਜਾਬੀ ਫਿਲਮਾਂ ਵੀ ਕਾਫੀ ਚੱਲ ਰਹੀਆਂ ਨੇ, ਅਤੇ ਸਾਰਿਆਂ ਨੂੰ ਕੰਮ ਹੋਣਾ ਚਾਹੀਦਾ, ਅਤੇ ਜਿਹੜੇ ਚੰਗੇ ਚੰਗੇ ਐਜ਼ ਅ ਡਾਇਰੈਕਟਰ ਆਲਸੋ ਤੁਹਾਨੂੰ ਉਹ ਫੇਸਿਸ ਮਿਲਦੇ ਨੇ ਜਿਹੜੇ ਜਿਹੜੇ ਉੱਥੇ ਦੇ ਅਥੈਂਟਿਕ ਹੁੰਦੇ ਆ, ਅਤੇ ਫਿਰ ਮਜ਼ਾ ਆਉਂਦਾ ਉੱਥੇ। ਚਲੋ ਠੀਕ, ਇਹਦੇ ਵਿੱਚ ਸ਼ੋਅ ਕੀਤੀ ਹੈ ਕਿ ਅਸੀਂ ਉਮੀਦ ਕਰੀਏ ਕਿ ਅਗਲੀ ਜਿਹੜੀ ਤੁਹਾਡੀ ਸੀਰੀਜ਼ ਜਾਂ ਕੁਛ ਵੀ ਤੁਸੀਂ ਲੈ ਕੇ ਆਓਗੇ ਪੰਜਾਬ ਦੀ ਇੱਕ ਪੋਜ਼ਿਟਿਵ ਸਾਈਡ ਵੀ ਸ਼ੋਅ ਕਰੇਗੀ, ਕਿਉਂਕਿ ਪੰਜਾਬ ਦੇ ਵਿੱਚ ਖੇਡਾਂ ਵੀ ਨੇ, ਪੰਜਾਬ ਦੇ ਵਿੱਚ ਵਿਰਾਸਤ ਵੀ ਆ, ਅਤੇ ਪੰਜਾਬ ਦਾ ਪਿਛੋਕੜ ਹੈ ਜਿਹੜਾ ਉਹ ਬੜਾ ਰਿਚ ਹੈ। ਇਹ ਤੁਹਾਨੂੰ ਲੱਗਦਾ ਕਿ ਡਾਰਕ ਸਾਈਡ ਹੈ, ਇਹ ਤੁਸੀਂ ਬੋਲ ਰਹੇ ਹੋ, ਡਾਰਕ ਸਾਈਡ ਨਹੀਂ ਹੈ ਉਹ, ਜਾਂ ਤਾਂ ਤੁਸੀਂ ਉਹ ਬੋਲੋ ਕਿ ਉਹ ਡਾਰਕ ਪੀਰੀਅਡ ਸੀ, ਅਤੇ ਤੁਸੀਂ ਬੋਲੋ ਕਿ ਉਹ ਨਹੀਂ ਸੀ ਡਾਰਕ ਪੀਰੀਅਡ। ਡਾਰਕ ਅਤੇ ਵਾਈਟ ਕੁਛ ਨਹੀਂ ਹੁੰਦਾ, ਹੁਣ ਆਪਾਂ ਭਾਵੇਂ ਸਪੋਰਟਸ ਦਾ ਵੀ ਹੋਏ ਭਾਵੇਂ ਉਹ, ਤਾਂ ਹੁਣ ਤੁਸੀਂ ਜਿਹੜੀ ਕਹਾਣੀ ਲਿਖੀ ਦੀ ਤੁਸੀਂ ਉਹਦੇ ਅਕੋਰਡਿੰਗਲੀ ਜਾਏਂਗੇ ਨਾ, ਅਤੇ ਮੈਨੂੰ ਇਹ ਲੱਗਦਾ ਕਿ ਜਿਹੜੀ ਤੁਸੀਂ ਕਹਾਣੀ ਕਹਿਣਾ ਚਾਹੁੰਦੇ ਹੋ ਤੁਸੀਂ ਉਹਦੇ ਅਕੋਰਡਿੰਗਲੀ ਕੰਮ ਕਰਦੇ ਹੋ, ਜੋ ਤੁਹਾਡਾ ਮਨ ਕਰਦਾ ਕਿ ਇਹ ਕਹਾਣੀ ਕਹਿਣੀ ਚਾਹੀਦੀ। ਜੇ ਉਹ ਜੀ ਕਹਾਣੀ ਮਿਲੇਗੀ ਕੱਲ੍ਹ ਨੂੰ ਕੋਈ ਸਪੋਰਟਸ ਦੀ ਜਾਂ ਭੰਗੜਾ ਦੀ ਜਾਂ ਕੁਛ ਇਹੋ ਜਿਹੀ ਹੋਏਗੀ, ਤਾਂ ਉਹ ਵੀ ਬਣਾਵਾਂਗੇ। ਕਹਾਣੀ ਜੇ ਦਮਦਾਰ ਹੋਵੇ ਤਾਂ ਨਵੇਂ ਚਿਹਰਿਆਂ ਨਾਲ ਰਿਸਕ ਕਿੰਨਾ ਪਰਸੈਂਟ ਘੱਟ ਜਾਂਦਾ? ਦੇਖੋ, ਇਹ ਚੀਜ਼ ਨੈਟਫਲਿਕਸ ਵਰਗੇ ਪਲੇਟਫਾਰਮ ਜਿਹੜੇ ਆਏ ਨੇ ਉਹਨਾਂ ਵੱਲ, ਉਹ ਬੜਾ ਵਧੀਆ ਨੇ ਕਿ ਉਹ ਲਿਮਿਟੇਸ਼ਨ 'ਚ ਨਹੀਂ ਰਹਿੰਦੇ ਕਿ ਸਾਨੂੰ ਇਹ ਚਾਹੀਦਾ ਸਾਨੂੰ ਇਹ ਚਾਹੀਦਾ, ਉਹ ਇਹ ਪੂਰੀ ਫਰੀਡਮ ਦਿੰਦੇ ਨੇ ਕਿ ਤੁਸੀਂ ਚੰਗੇ ਐਕਟਰ ਲੈ ਕੇ ਚੰਗੀ ਸੀਰੀਜ਼ ਬਣਾਓ, ਕਿਉਂਕਿ ਇਹ ਇੰਟਰਨੈਸ਼ਨਲ ਪਲੇਟਫਾਰਮ ਹੈ, ਇਹ ਸਾਰੇ ਓਵਰਸੀਜ਼ ਵੀ ਸਾਰਿਆਂ ਨੇ ਦੇਖਣਾ ਹੁੰਦਾ, ਅਤੇ ਉਹ ਇਹਦਾ ਬੜਾ ਫਾਇਦਾ ਹੈ ਕਿ ਜਿਹੜੀ ਸੀਰੀਜ਼ ਦਾ, ਫਿਲਮਾਂ 'ਚ ਲਿਮਿਟੇਸ਼ਨ ਹੁੰਦੀ ਹੈ ਥੋੜ੍ਹੀ ਜਿਹੀ, ਪਰ ਸੀਰੀਜ਼ ਵਿੱਚ ਮੈਨੂੰ ਨਹੀਂ ਲੱਗਦਾ ਕਿ ਆਪ ਦੀ ਕੋਈ ਲਿਮਿਟੇਸ਼ਨ। ਰਣਦੀਪ, ਸਭ ਤੋਂ ਜ਼ਿਆਦਾ ਮਜ਼ਾ ਕਿਸ ਨੇ ਕੰਮ ਕਰਕੇ ਆਤਾ, ਫਿਲਮ ਕੇ ਲਈ ਸ਼ੂਟ ਕਰਕੇ, ਇਸ ਤਰ੍ਹਾਂ ਦੀ ਸੀਰੀਜ਼ ਦੇ ਆਤਾ? ਕੰਮ ਕਰਨੇ ਮਜ਼ਾ ਆਤਾ ਹੈ, ਜੈਸੇ ਫਿਲਮ ਮੁਝੇ ਕੁਛ ਐਕਟਿੰਗ ਇਸ ਸੀਰੀਜ਼ ਮੇਂ ਕੋਈ ਅਲੱਗ ਨਹੀਂ ਚੀਜ਼ ਆਤੀ, ਫਿਲਮ ਮੇਂ ਲਗਨੇ ਕੀ ਜਾਤੀ, ਤੋ ਕੰਮ ਤੋ ਸੇਮ ਹੀ ਹੋਗਾ, ਤੋ ਸੇਮ ਹੀ ਹੈ। ਆਈ ਥਿੰਕ ਐਕਟਰ ਕੇ ਲਈ ਇਹ ਕੁਐਸਚਨ ਅਜੀਬ ਹੈ ਥੋੜਾ, ਕਿਉਂਕਿ ਉਸਕੋ ਤਾਂ ਐਕਟਿੰਗ ਕਰਨੀ ਹੈ। ਨਹੀਂ, ਉਹ ਤਾਂ ਬੋਲ ਰਹੇ ਥੇ ਕਿ ਜ਼ਿਆਦਾ ਕਿਸੇ ਨੂੰ ਲੱਗੋ ਜਾਤੇ ਹੈ ਨਾ, ਪਲੇਟਫਾਰਮ ਅਲੱਗ ਹੋ ਜਾਤੇ, ਉਸਮੇ ਇੱਕ ਟਾਈਮ ਕੇ ਪਰਫੈਕਟ ਐਕਟਰ ਕਾ ਇਸ ਕਾ ਪਰ ਉਸੇ ਫੈਕਟਰ ਕੋ ਐਕਟਰ ਕੋ ਕਪੜੇ ਕੋ ਕਰਤਾ, ਚਾਹੇ ਉਹ ਥੀਏਟਰ ਮੇ ਲਗੇ ਜਾਂ ਆਪ ਸੀਰੀਜ਼ ਨੈਟਫਲਿਕਸ ਮੇ ਦੇਖੋ ਜਾਂ ਕਹੀਂ ਔਰ, ਚਾਹੇ ਆਪ ਥੀਏਟਰ ਮੇ ਹੋ, ਸਟੇਜ ਪੇ ਹੋ, ਉਸਕੋ ਤਾਂ ਪਰਫਾਰਮ ਕਰਨਾ ਹੈ। ਇਹ ਰਾਈਟਰ ਡਾਇਰੈਕਟਰ ਕੇ ਲਈ ਕੁਐਸਚਨ ਵੈਲਿਡ ਹੈ, ਪਰ ਮੈਨੂੰ ਲੱਗਦਾ ਐਕਟਰ ਕੇ ਲਈ ਕੁਐਸਚਨ ਵੈਲਿਡ ਨਹੀਂ। ਬੋਲੋ ਫਿਰ, ਆਪ ਬਤਾ। तो मैं बोल रहा हूँ, मुझे बड़ा मजा आता है लॉन्ग फॉर्मेट में, कई कहानियां होती है जो आप 2 घंटे में कहना चाहते हो, कई कहानियां खुद ऐसी होती है कि वो 2 घंटे में नहीं समाती, तो फिर आपको पूरा एक लॉन्ग फॉर्मेट। कैट का सीक्वल आ रहा है सर? सीजन 2 आएगा। आएगा सीजन 2। और आप जिमिंग कर रहे हो रणदीप सर? जिमिंग कर रहे हो या वेट लॉस कर रहे? मैं तो यार वेट लॉस कर रहा हूँ। क्या करने लग रहे हो सर, आगे क्या करोगे? मैं कर रहा हूँ, मैंने कैसे भी बताऊँ, मैं अपने खुद के काम से ना इम्प्रेस होके, और मैं कोशिश करता हूँ कि ज़ीरो पे जाके फिर से शुरू करूँ, शायद इसीलिए मैं नयापन लेके आ सकता हूँ। मैं अपने लिए करता हूँ कि माई ओन वर्क इंटरेस्टिंग फॉर माई सेल्फ, एंड देर इज़ अ स्ट्रगल टू इट, देर इज़ अ फ्रस्ट्रेशन टू इट, एंड यू नेवर गेट इट। So one more follow-up question, how do you bring yourself to the zero, neutral position, because it's hard to do. It's the fear that maybe today they will discover that I don't know how to act.